ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਜਦੋਂ ਕੋਈ ਇਨਸਾਨ ਚੰਗਾ ਕਰਦਾ ਹੈ ਤਾਂ ਉਹਦੀ ਉਸਤਤ ਹੋਣੀ ਜ਼ਰੂਰੀ ਹੈ। ਅਤੇ ਅੱਜ ਅਸੀਂ ਉਸਤਤ ਕਰ ਰਹੇ ਹਾਂ ਆਮ ਆਦਮੀ ਦੇ ਬਲਾਕ ਇੰਚਾਰਜ ਪ੍ਰਿਤਪਾਲ ਸਿੰਘ ਬਲ ਦੀ, ਜਿਸ ਨੇ ਬਹੁਤ ਵਧੀਆ ਕੰਮ ਕੀਤਾ ਅਤੇ ਹਰ ਪਾਸਿਓਂ ਉਸ ਦੀ ਸ਼ਲਾਘਾ ਹੋ ਰਹੀ ਆ। ਗੱਲਵਾਲੀ ਮਜੀਠੇ ਨੇੜੇ ਇੱਕ ਪਿੰਡ ਹੈ ਜਿੱਥੇ ਪਿਛਲੇ ਦਿਨ ਕਤਲ ਹੋਇਆ ਸੀ। ਉਹਦੇ ਵਿੱਚ ਪੁਲਿਸ ਨੇ ਕੁਛ ਦੇਣ ਲੈਣ ਕਰ ਲਿਆ ਸੀ ਅਤੇ ਜਿਹੜਾ ਵਿਚੋਲਾ ਸੀ ਉਹਨੇ ਕੀ ਕੀਤਾ ਜੀ, 10 ਆਪਣੀ ਜੇਬ 'ਚ ਪਾਇਆ ਅਤੇ 10 ਪੁਲਿਸ ਤੱਕ ਪਹੁੰਚਾ ਤਾ। ਅਤੇ ਜਦੋਂ ਬੀਬੀ ਰੋਂਦੀ ਕਰਲਾਉਂਦੀ ਪ੍ਰਿਤਪਾਲ ਬਲ ਦੇ ਘਰ ਪਹੁੰਚੀ ਤਾਂ ਪ੍ਰਿਤਪਾਲ ਸਿੰਘ ਬਲ ਨੇ ਤੁਰੰਤ ਐਕਸ਼ਨ ਲੈ ਕੇ ਉਸ ਪੁਲਿਸ ਅਧਿਕਾਰੀ ਕੋਲੋਂ ਅਤੇ ਵਿਚੋਲੇ ਕੋਲੋਂ 10-10 ਹਜ਼ਾਰ ਰੁਪਈਆ ਲੈ ਕੇ ਉਸ ਗਰੀਬ ਬੀਬੀ ਦੀ ਝੋਲੀ ਵਿੱਚ ਪਾ ਦਿੱਤਾ। ਇਲਾਕੇ ਵਿੱਚ ਇਸ ਗੱਲ ਦੀ ਪੂਰੀ ਚਰਚਾ ਹੈ। ਸਰਪੰਚ ਗੱਲਵਾਲੀ ਕਲੋਨੀਆਂ ਮਨੋਹਰ ਲਾਲ ਜੀ ਅਤੇ ਸਬ ਸਰਪੰਚ ਅੱਜ ਇਸ਼ਪਾਲ ਸਿੰਘ ਬਾਜਵਾ, ਇਹ ਮੇਰੀ ਭੈਣ ਆ। ਇਹਨਾਂ ਦੇ ਬੇਟੇ ਦਾ ਇੱਕ ਕਤਲ ਹੋਇਆ ਸੀ ਗੱਲਵਾਲੀ ਕਲੋਨੀਆਂ। ਉਹ ਜਿਹੜਾ ਇਹਦਾ ਬੇਟਾ, ਉਹ ਸਰਪੰਚ ਆ ਮੌਜੂਦਾ। ਜਦੋਂ ਲੜਾਈ ਹੋ ਰਹੀ ਹੈ, ਇਹਦਾ ਬੇਟਾ ਛਡਾਉਣ ਆਇਆ, ਉਹਨਾਂ ਨੂੰ ਕਿਹਾ ਭਾਅ ਜੀ ਲੜਾਈ ਹੋ ਰਹੀ ਹੈ ਸਰਪੰਚ ਸਾਹਿਬ। ਸਰਪੰਚ ਨੇ ਪਹਿਲਾਂ ਫੋਨ ਕੀਤਾ ਥਾਣੇ, ਬਾਅਦ 'ਚ ਉਹਨੇ ਬੰਦਾ ਛਡਾਉਣ ਗਿਆ। ਜਦੋਂ ਛਡਾਉਣ ਗਿਆ, ਉਹਨਾਂ ਨੇ ਜਿਹੜੇ ਬੰਦੇ ਲੜ ਰਹੇ ਸੀ, 10 ਵੱਜ ਗਿਆ ਉਹਦੇ ਇੱਥੇ ਧੌਣ 'ਤੇ, ਉਹ ਬੰਦੇ ਦੀ ਮੌਕੇ 'ਤੇ ਮੌਤ ਹੋ ਗਈ। ਅਤੇ ਬੰਦਾ ਵਿਚਾਰਾ ਬਿਲਕੁਲ ਨਿਰਦੋਸ਼ ਆ, ਉਹਨੂੰ ਪਾਲਟੀ ਬਾਜ਼ੀ ਕਰਕੇ ਫਸਾਤਾ ਸੀ। ਚਲੋ ਪਾਲਟੀ ਬਾਜ਼ੀ ਕਰਕੇ ਫਸ ਗਿਆ, ਹੁਣ ਚਲੋ ਆਪਾਂ ਇਨਕੁਆਇਰੀ ਕਰਾਂਗੇ, ਕਢਾਉਣ ਬਾਹਰ। ਹੱਦ ਦੀ ਗੱਲ ਉਦੋਂ ਪਾਰ ਹੋ ਗਈ ਜਦੋਂ ਇੱਕ ਪੁਲਿਸ ਮੁਲਾਜ਼ਮ ਮਜੀਠੇ, ਜਿਹੜਾ ਕਿ ਉਸੇ ਪਿੰਡ ਦਾ ਹੀ ਆ ਜਿੱਥੋਂ ਦਾ ਕਤਲ ਹੋਇਆ ਵਾ, SPO ਹੈ ਵੀ ਜੋ ਕੱਚਾ ਵਾ ਹੋਮਗਾਰਡ 'ਚ ਆ, ਅਸੀਂ ਕਿਸੇ ਦਾ ਨੁਕਸਾਨ ਨਹੀਂ ਕਰਨਾ ਚਾਹੁੰਦੇ। ਉਹਨਾਂ ਨੇ ਇਹਨੂੰ ਭੈਣ ਨੂੰ ਕਿਹਾ, ਭੈਣ ਤੂੰ ਸਾਨੂੰ 10 ਹਜ਼ਾਰ ਰੁਪਏ ਦੇ, ਅਸੀਂ ਤੁਹਾਡੇ ਮੁੰਡੇ ਨੂੰ ਜਿਹੜਾ ਪਰਚਾ ਨਾ ਉਹ ਢਿੱਲਾ ਕਰਾਵਾਂਗੇ ਅਤੇ ਤੁਹਾਡਾ ਮੁੰਡਾ ਬਾਹਰ ਆਜੂਗਾ। ਇਹਨਾਂ ਵਿਚਾਰੀ ਭੈਣ ਨੇ ਡਰਦੀ ਵਾਰੀ ਨੇ 10 ਹਜ਼ਾਰ ਰੁਪਏ ਦਿੱਤਾ ਨਾਮ ਦੱਸੋ ਅਤੇ ਚਲੋ ਮੁੜ ਕੇ ਆਪਾਂ ਫਿਰ ਇੱਕ ਇਹਨਾਂ ਦੀ ਇਹਨਾਂ ਜਵਾਈ ਆ, 10 ਹਜ਼ਾਰ ਰੁਪਏ ਉਹ ਲੈ ਕੇ ਭਾਈ ਵਕੀਲ ਨੂੰ ਕਰਨਾ ਜੀ ਉਹਨੂੰ ਕਰਨਾ, ਹੈ ਨਾ। ਮਤਲਬ ਇੱਕ ਵਿਚਾਰੇ ਫਸ ਗਏ, ਮੁਸੀਬਤ ਵਿੱਚ ਫਸ ਗਏ, ਝੂਠੇ ਕਤਲ ਵਿੱਚ ਕੋਈ ਨਾ ਨਿਸ਼ਾਨ, ਕੋਈ ਗੱਲਬਾਤ, ਲੜਾਈ ਝਗੜਾ ਕੁਛ ਨਹੀਂ ਕੀਤਾ ਇਹਨਾਂ ਮੁੰਡੇ ਨੇ, ਦੀਪਕ ਸਰਪੰਚ ਨੇ। ਪਰ ਇੱਕ ਤਾਂ ਫਸ ਗਏ ਵਿਚਾਰੇ ਉਹ ਉਸਾਤਾ ਪਾਲਟੀ ਬਾਜੀ ਨੇ, ਦੂਜਾ ਜਿਹੜੇ ਚੋਰ ਲੋਕ ਨੇ ਕਾਲੀਆਂ ਭੇਡਾਂ ਮਹਿਕਮੇ ਵਿੱਚ ਜਾਂ ਕੋਈ ਰਿਸ਼ਤੇਦਾਰ ਹੁੰਦੇ ਲਾਲਚੀ, ਉਹਨਾਂ ਨੇ ਇਹਨਾਂ ਕੋਲੋਂ 10 ਹਜ਼ਾਰ ਰੁਪਇਆ ਮੁਲਾਜ਼ਮ ਲੈ ਗਿਆ। ਆਪਾਂ ਚਿੱਟਾ ਲਗਰਾਵਾਂਗੇ, 10 ਹਜ਼ਾਰ ਲੈ ਕੇ ਜਵਾਈ ਵੀ ਧਰਾਂ ਆਪਾਂ ਖਤਮ ਕਰਾਵਾਂਗੇ। ਬਾਅਦ ਵਿੱਚ ਜਦੋਂ ਸਾਡੇ ਕੋਲ ਭੈਣ ਸਰਪੰਚ ਮਨੋਹਰ ਲਾਲ ਜਿਹੜੇ ਕੋਲ ਇਹ ਵੀ ਆਹ ਹੋਇਆ ਵਾ, ਇਹ ਭੈਣ ਨਾਲ ਲੈ ਕੇ ਆਏ ਸੀ, ਫਿਰ ਅਸੀਂ ਗੱਲ ਕੀਤੀ ਆ ਮੁਲਾਜ਼ਮਾਂ ਨਾਲ, ਉਹਨਾਂ ਸਾਰਿਆਂ ਨਾਲ। ਪਰ ਗੱਲ ਇਹ ਮੁਲਾਜ਼ਮ ਕੱਚਾ ਵਾ, ਅਸੀਂ ਚਾਹੁੰਦੇ ਵੀ ਇਨਸਾਨ ਨਾ ਹੋਵੇ, ਰੋਟੀ ਖਾਣ ਲਿਆ ਉਹ, ਪਰ ਉਹਨੇ ਗੱਲ ਬਹੁਤ ਮਾੜੀ ਕੀਤੀ ਆ ਜਿਹੜਾ ਨੇ 10 ਹਜ਼ਾਰ ਰੁਪਏ ਲਿਆ ਵਾ। ਹੁਣ ਅਸੀਂ ਉਹਨਾਂ ਪੈਸੇ ਵਾਪਸ ਲਏ ਆ, ਇੱਕ ਬੜਾ ਵਧੀਆ ਮੁਲਾਜ਼ਮ ਹੈ ਥਾਣੇ ਵਿੱਚ, ਉਹਨੇ ਕਿਹਾ ਪੈਸੇ ਵਾਪਸ ਦਿਓ ਆਪਣੇ, ਉਹਨੇ ਆਪਣੇ ਕੋਲੋਂ ਪੈਸੇ ਦਿੱਤੇ ਵਾਪਸ, ਅਸੀਂ ਭੈਣ ਵਾਪਸ ਕਰਨ ਲੱਗੇ ਹਾਂ। ਅਤੇ ਬਾਕੀ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਕਿਸੇ ਵੀ ਬੰਦੇ ਨੂੰ ਰਿਸ਼ਵਤ ਦਿਓ, ਚਾਹੇ ਕੋਈ ਵੀ ਹੋ, ਰਿਸ਼ਵਤ ਦੇਣਾ ਹੈ, ਦੇਣ ਵਾਲਾ ਵੀ ਗੁਨਾਹਗਾਰ ਹੈ ਅਤੇ ਲੈਣ ਵਾਲਾ ਵੀ। ਇਸ ਕਰਕੇ ਥੋੜ੍ਹਾ ਆਪਣੀ ਚੰਗੀ ਤਰ੍ਹਾਂ ਗੱਲ ਕਰਿਆ ਕਰੋ, ਕੋਈ ਰਿਸ਼ਵਤ ਦੇਣ ਦੀ ਲੋੜ ਨਹੀਂ, ਸਹੀ ਕੰਮ ਕਰੋ, ਰਿਸ਼ਵਤ ਦੇਣ ਦੀ ਲੋੜ ਕੋਈ ਨਹੀਂ। ਵੀ ਜੇ ਰਿਸ਼ਵਤ ਮੰਗੇ ਸਾਡੇ ਸੰਪਰਕ ਕਰੋ। ਅੱਜ ਅਸੀਂ ਇਹ ਭੈਣ ਦਾ 20 ਹਜ਼ਾਰ ਰੁਪਇਆ ਵਾਪਸ ਕਰਵਾਇਆ ਵਾ, ਅਤੇ ਸਾਰੇ ਲੋਕਾਂ ਨੂੰ ਬੇਨਤੀ ਕਰਦੇ ਹਾਂ, ਜਿਹੜੇ ਮੁਲਾਜ਼ਮ ਹੈ ਵੀਰ ਮੇਰੇ, ਕੋਈ ਮਹਿਕਮਾ ਵੀ ਆ, ਕਿ ਆਪਣੀ ਤਨਖਾਹ 'ਤੇ ਗੁਜ਼ਾਰਾ ਕਰਨਾ ਸਿੱਖੋ, ਰਿਸ਼ਵਤ ਨਾ ਲਓ। ਇਹ ਗਰੀਬ ਲੋਕ ਦਿਹਾੜੀਦਾਰ ਆ, ਇਹ ਕਦੇ ਧੱਕਾ ਹੋ ਗਿਆ ਕਰਤਾ ਪਾਲਟੀ ਬਾਜੀ ਨੇ ਪਰਚਾ ਕਰਾਤਾ, ਦੂਜਾ ਧੱਕਾ ਕਰ ਰਿਹਾ ਇੱਕ ਮੁਲਾਜ਼ਮ, ਇੱਕ ਨਾਲ ਰਿਸ਼ਤੇਦਾਰ ਧੱਕਾ ਕਰ ਰਿਹਾ।